ਜਾਰੀ ਹੋ ਚੁੱਕੀਆਂ ਹਨ। ਅਤੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਵੱਲੋਂ ਮਾਮਲੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੈਂ ਅਮਨ ਗੁਪਤਾ, SDO ਬਿਜਲੀ ਬੋਰਡ ਮਾਛੀਵਾੜਾ ਸਾਹਿਬ। ਸਾਡੀ ਉਰੇ ਅਨਾਊਂਸਮੈਂਟ ਕਰਾਈ ਜਾ ਰਹੀ ਹੈ ਮਾਛੀਵਾੜੇ ਦੇ ਵਿੱਚ ਡਿਫਾਲਟਿੰਗ ਅਮਾਊਂਟ ਦੇ ਰਿਲੇਟਡ। ਸਾਡੀ ਉਰੇ ਤਕਰੀਬਨ ਡਿਫਾਲਟਿੰਗ ਅਮਾਊਂਟ 4.25 ਕਰੋੜ ਰੁਪਏ ਸੀ ਜਦ ਅਸੀਂ ਸਟਾਰਟ ਕੀਤੀ ਸੀ ਇਹਦੀ ਰਿਕਵਰੀ ਕਰਨੀ 2-3 ਮਹੀਨੇ ਪਹਿਲਾਂ, ਅਤੇ ਹੁਣ ਇਹ ਘੱਟ ਕੇ 2.5 ਕਰੋੜ ਤੱਕ ਪਹੁੰਚ ਚੁੱਕੀ ਹੈ। ਅਤੇ ਜਿਹੜੇ ਜਿਹੜੇ ਖਪਤਕਾਰਾਂ ਦੇ ਅਸੀਂ ਡਿਫਾਲਟਿੰਗ ਅਮਾਊਂਟ ਹਜੇ ਤੱਕ ਖੜ੍ਹੀ ਹੈ, ਉਹਨਾਂ ਦੇ ਅਸੀਂ ਕਨੈਕਸ਼ਨ ਸਾਰਿਆਂ ਦੇ ਕੱਟਣੇ ਸਟਾਰਟ ਕਰਤੇ ਨੇ। ਅਸੀਂ ਇਹਨਾਂ ਨੂੰ ਸੀਰੀਅਲ ਔਰਡਰ ਦੇ ਵਿੱਚ ਕੱਟ ਰਹੇ ਹਾਂ। ਜਿਹੜੇ ਪਹਿਲਾਂ ਕਨੈਕਸ਼ਨ 40,000, 30,000, 20,000 ਐਵੇਂ ਸੀਰੀਅਲ ਔਰਡਰ ਦੇ ਵਿੱਚ ਕੱਟਣੇ ਸਟਾਰਟ ਕਰਤੇ ਨੇ, 10,000 ਤੱਕ ਅਸੀਂ ਸਾਰੇ ਕਨੈਕਸ਼ਨ ਕੱਟਤੇ ਨੇ, ਅਤੇ ਉਹ ਤੋਂ ਨੀਚੇ ਵੀ ਅਸੀਂ ਹੁਣ ਸਟਾਰਟ ਕਰ ਰਹੇ ਹਾਂ ਉਹ ਕਨੈਕਸ਼ਨਾਂ ਨੂੰ ਕੱਟਣਾ। ਜਿਹੜੇ ਜਿਹੜੇ ਖਪਤਕਾਰਾਂ ਦੀ ਹੁਣ ਡਿਫਾਲਟਿੰਗ ਅਮਾਊਂਟ ਖੜ੍ਹੀ ਹੈ, ਬਿਜਲੀ ਦੇ ਬਿੱਲ ਜਿਨ੍ਹਾਂ ਦੇ ਖੜ੍ਹੇ ਨੇ, ਉਹ ਤੁਰੰਤ ਜਮ੍ਹਾਂ ਕਰਵਾ ਦੇਣ। ਜੇ ਉਹਨਾਂ ਨੇ ਜਮ੍ਹਾਂ ਨਾ ਕਰਵਾਏ, ਇੱਕ ਵਾਰ ਕਨੈਕਸ਼ਨ ਕੱਟਿਆ ਗਿਆ ਤਾਂ ਉਹਨਾਂ ਦੇ ਸਾਰੇ ਪੈਸੇ ਪਹਿਲਾਂ ਅਸੀਂ ਜਮ੍ਹਾਂ ਕਰਵਾਵਾਂਗੇ, ਅਤੇ ਅਲੱਗ ਤੋਂ ਉਹਨਾਂ ਦੀ ਇੱਕ ਫੀਸ ਵੀ ਲੱਗੇਗੀ ਦੁਬਾਰਾ ਕਨੈਕਸ਼ਨ ਜੋੜਨ ਦੀ। ਇਸ ਲਈ ਸਾਰੇ ਖਪਤਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਰੇ ਆਪਣੇ ਪੈਸੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਤੁਰੰਤ ਜਮ੍ਹਾਂ ਕਰਵਾ ਦੇਣ। ਗੁਰਪ੍ਰੀਤ ਸਿੰਘ ਜੇਈ ਮਾਛੀਵਾੜਾ ਸਬ ਡਿਵੀਜ਼ਨ, ਇਹ ਪਰਮਜੀਤ ਸਿੰਘ ਜੇਈ ਮਾਛੀਵਾੜਾ ਤੋਂ, ਅਤੇ ਸਾਡੇ ਅਸੀਂ ਇੱਕ ਅਨਾਊਂਸਮੈਂਟ ਕਰਵਾ ਰਹੇ ਹਾਂ ਡਿਫਾਲਟਿੰਗ ਦੇ ਰਿਲੇਟਡ। ਅਤੇ ਜਿਹੜੀ ਕਿ ਸਾਡੀ ਡਿਫਾਲਟਿੰਗ ਅਮਾਊਂਟ ਮਾਛੀਵਾੜਾ ਸਬ ਡਿਵੀਜ਼ਨ ਦੀ 5 ਕਰੋੜ ਦੇ ਲਗਭਗ ਸੀ, ਜਿਹੜੀ ਅਸੀਂ ਘਟਾ ਕੇ ਉਹ 2.5 ਕਰੋੜ ਦੇ ਕਰੀਬ ਲੈ ਆਏ ਹਾਂ। ਲੋਕਾਂ ਦੇ ਜਿਹੜੇ ਵੀ ਬਕਾਇਆ ਬਿੱਲ ਰਹਿੰਦੇ ਆ ਉਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ। ਉਹਨਾਂ ਨੂੰ ਸਾਡੀ ਬੇਨਤੀ ਹੈ ਇਹੀ ਕਿ ਜਿਨ੍ਹਾਂ ਦਾ ਵੀ ਕੋਈ ਵੀ ਬਕਾਇਆ ਬਿੱਲ ਰਹਿੰਦਾ ਵਾ ਉਹ ਆਪਣੇ ਤੁਰੰਤ ਤੋਂ ਤੁਰੰਤ ਜਮ੍ਹਾਂ ਕਰਵਾਓ, ਨਹੀਂ ਤਾਂ ਕਨੈਕਸ਼ਨ ਕੱਟੇ ਜਾਣਗੇ। ਉਸ ਤੋਂ ਬਾਅਦ ਦੁਬਾਰਾ ਪ੍ਰੋਸੈਸਿੰਗ ਫੀਸ ਜਮ੍ਹਾਂ ਹੋਊਗੀ, ਸਾਰੇ ਪੈਸੇ ਜਮ੍ਹਾਂ ਹੋਣਗੇ, ਉਸ ਤੋਂ ਬਾਅਦ ਕਨੈਕਸ਼ਨ ਜੋੜਿਆ ਜਾਵੇਗਾ। ਉਹਦੇ ਨਾਲ ਤੁਹਾਨੂੰ ਵੀ ਹਰਾਸ਼ਮੈਂਟ ਹੋਵੇਗੀ। ਇਹ ਸਾਡੀ ਅਸੀਂ ਆਪਣੀ ਗੱਡੀ ਲਗਾਈ ਹੋਈ ਹੈ ਜਿਹਦੇ ਨਾਲ ਅਸੀਂ ਅਨਾਊਂਸਮੈਂਟ ਵਗੈਰਾ ਕਰਵਾ ਰਹੇ ਹਾਂ, ਪਿੰਡਾਂ 'ਚ ਵੀ ਕਰਵਾ ਰਹੇ ਹਾਂ ਅਤੇ ਸ਼ਹਿਰ ਵਿੱਚ ਚੱਲ ਰਹੀ ਆ। ਕਨੈਕਸ਼ਨ ਕੱਟੇ ਜਾ ਰਹੇ ਨੇ ਅਤੇ ਅੱਜ 2 ਦਿਨਾਂ ਦੇ ਵਿੱਚ ਹੋਰ ਵੀ ਕੱਟੇ ਜਾਣਗੇ। ਅਤੇ ਬੇਨਤੀ ਸਾਡੀ ਇਹੀ ਆ ਕਿ ਆਪਣੇ ਬਕਾਇਆ ਬਿੱਲ ਜਮ੍ਹਾਂ ਕਰਵਾਓ।